اعوذ باللہ من الشیطان الرجیم بسم اللہ الرحمن الرحیم دے ہانے جڑا لے گیا بندے اپنے نو راتوں رات اودی مسجد تو پرلی مسجد تک جس دے دیوالے برکت رکھییا تھا تاں اسی وکھائیے او نو کچھ اپنییاں نشانیاں ضرور اوہی اے سندا ویکھدا تے ایس تو پہلے دتی اسا موسیٰ نو کتاب تے بنائی اسا او ہدایت بنی اسرائیل لئی بھئی نہ بڑاؤ سوال میرے ਕਿਸੇ ਨੂੰ ਕੰਮ ਬਣਾਉਣ ਵਾਲਾ ਐ ਔਲਾਦ ਹੋਦੀ ਜਿਸ ਨੂੰ ਲਾ ਲਿਆ ਅਸਨ ਨੂੰ ਨਾਲ ਬੇੜੀ ਉੱਤੇ ਨੂੰ ਜ਼ਰੂਰ ਸ਼ੁਕਰਗੁਜ਼ਾਰ ਬੰਦਾ ਸੀ ਤੇ ਪੱਕਾ ਹੁਕਮ ਤੇ ਜਾ ਅਸ ਬਣੀ ਸਹੀਲਵਲ ਕਿਤਾਬ ਵਿੱਚ ਪਈ ਜ਼ਰੂਰ ਤੁਸੀਂ ਫਸਾਦ ਕਰੋਗੇ ਮੁਲਕ ਵਿੱਚ ਦੋ ਵਾਰੀ ਤੇ ਜ਼ਰੂਰ ਤੁਸੀਂ ਬੜੀ ਸਰਕਸ਼ੀ ਦਿਖਾਓਗੇ ਜੇ ਜਦ ਆਵੇਗਾ ਦੋਵਾਂ ਵਿੱਚੋਂ ਪਹਿਲੀ ਵਾਰੀ ਦੇ ਅਜ਼ਾਬ ਦਾ ਵਾਦਾ ਖੜਾ ਕਰਾਂਗੇ ਅਸੀਂ ਤੁਸੀਂ ਉੱਤੇ ਬੰਦੇ ਆਪਣੇ ਬੜੇ ਲੜਾ ਕੇ ਫਿਰ ਫੈਲ ਜਾਣਗੇ ਵਿੱਚ ਮੁਲਕ ਤੁਹਾਡੇ ਦੇ ਹਰ ਪਾਸੇ ਤੇ ਇਹ ਵਾਦਾ ਆਬਦਾ ਸੀ ਵਾਦਾ ਕੀਤੇ ਹੋਏ ਕੰਮ ਦਾ ਮੋਰ ਦੇਾਂਗੇ ਅਸੀਂ ਤੁਸਾਂ ਲਈ ਵਾਰੀ ਉਹਨਾ ਉਤੇ ਤੇ ਮਦਦ ਦੇਾਂਗੇ ਤੁਹਾਨੂੰ ਮਾਲਾਂ ਤੇ ਪੁੱਤਰਾ ਨਾਲ ਤੇ ਕਰ ਦੇਾਂਗੇ ਤੁਹਾਨੂੰ ਬਦੇਰੇ ਫੌਜ ਵੱਲੋਂ ਨੇਕੀ ਕਰੋਗੇ ਤਾਂ ਨੇਕੀ ਕਰੋਗੇ ਆਪਣੀਆਂ ਜਾਨਾਂ ਲਈ ਤੇ ਜੇ ਬੁਰੀਾਈ ਕਰੋਗੇ ਤਾਂ ਵੀ ਆਪਣੀ ਰਾਤ ਲਈ ਫੇਰ ਜਦ ਆਵੇਗਾ ਦੂਸਰੀ ਵਾਰੀ ਦੇ ਆਬਦਾ ਦਾ ਵਾਦਾ ਖੜੇ ਕਰ ਦੇਾਂਗੇ ਬੰਦੇ ਤਾ ਜੇ ਵਿਗਾੜ ਦੇਣ ਮੂਹਾਂ ਤੁਹਾਡਿਆਂ ਨੂੰ ਤੇ ਵੜਨ ਮੈਤਲ ਮਕਦਸ ਵਿੱਚ ਜਿਉਂ ਵੱਡੇ ਸੰਤਾਂ ਦੀ ਵਾਰੀ ਦੁਸ਼ਮਨੋਂ تھے ਤੇ ਤਾਂ ਜੇ ਬਰਬਾਦ ਕਰ ਦੇਣ ਪੂਰੀ ਤਰ੍ਹਾਂ ਹਰ ਚੀਜ਼ ਜਿਸ ਉੱਤੇ ਜ਼ੋਰ ਚੱਲੇ ਨੇ ਸਕਦਾ ਹੈ ਰੱਬ ਤੁਹਾਡਾ ਜਮੇਲ ਕਰੇ ਤੁਸਾਂ ਉੱਤੇ ਤੇ ਇਹ ਮੁਰਕੇ ਕੀਤਾ ਜੇ ਤਾਂ ਅਸੀਂ ਮੁਰਕੇ ਸਜ਼ਾ ਦੇਾਂਗੇ ਤੇ ਬਣਾਇਆ ਅਸਾਂ ਦੋਤਕ ਬੇਈਮਾਨਾਂ ਲਈ ਕੈਦਖਾਨਾ ਇਹ ਕੁਰਾਨ ਜ਼ਰੂਰ ਹੋਰ ਆ ਦੱਸਦਾ ਹੈ ਜਿਹੜਾ ਸਭ ਨਾਲੋਂ ਸਿੱਧਾ ਹੈ ਤੇ ਖੁਸ਼ਖਬਰੀ ਦਿੰਦਾ ਈਮਾਨਦਾਰਾਂ ਨੂੰ ਜਿਹੜੇ ਕਰਦੇ ਨੇ ਭਲਾਈਆਂ ਭਾਈ ਉਹਨਾਂ ਲਈ ਜ਼ਰੂਰ ਸਵਾਬ ਬੇਹੜਾ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਤਿਆਰ ਕੀਤੀ ਐ ਸਭਨਾਂ ਲਈ ਦੁੱਖ ਦੀ ਮਾਰ ਮੰਗਦਾ ਆਦਮੀ ਬੁਰਾਈ ਭਲਾਈ ਮੰਗਣੇ ਵਾਂਗੂ ਤੇ ਹੈ ਆਦਮੀ ਜਲਦਬਾਜ਼ ਕਾਲਾ ਤੇ ਬਣਾਈਆਂ ਨੇ ਅਸਾਂ ਰਾਤ ਤੇ ਦਿਨ ਦੋ ਨਿਸ਼ਾਨੀਆਂ ਫੇਰ ਹਨੇਰੀ ਕਰ ਦਿੱਤੀ ਅਸਾਂ ਨਿਸ਼ਾਨੀ ਰਾਤ ਦੀ ਤੇ ਕਰ ਦਿੱਤੀ ਅਸਾਂ ਨਿਸ਼ਾਨੀ ਦਿਨ ਦੀ ਚਾਨਣੀ ਤਾਂ ਟੂੜੋ ਰੋਜੀ ਆਪਣੇ ਰੱਬ ਤੋਂ ਤੇ ਜਾਣ ਲੋਗੇ ਇੰਤਰੀ ਵਰੇ ਆਂਦੀ ਦੇ ਹਿਸਾਬ ਤੇ ਹਰ ਕਾਸੇ ਦਾ ਜੁਦਾ ਜੁਦਾ ਬਿਆਨ ਕੀਤਾ ਸਨ ਖੇੜ ਕੇ ਤੇ ਹਰ ਆਦਮੀ ਦੀ ਲਟਕਾ ਦਿੱਤੀ ਅਸਾ ਕਿਸਮਤ ਉਹਦੀ ਉਹਦੀ ਗਰਦਨ ਵਿੱਚ ਤੇ ਨਿਕਾਲਾਂਗੇ ਉਹਦੇ ਲਈ ਦਿਨ ਕਿਆਮਤ ਦੇ ਅਮਲ ਨਾਮਾ ਵੇਖ ਲੇਗਾ ਉਸ ਨੂੰ ਖੁੱਲੇ ਲਿਆ ਅਮਲ ਨਾਮਾ ਆਪਣਾ ਬਤੇਰਾ ਹੈ ਤੂੰ ਆਪ ਅੱਜ ਆਪਣੇ ਉੱਤੇ ਲਿਖਾ ਕਰਨ ਵਾਲਾ ਜਿਹੜਾ ਰਾਹ ਪਿਆ ਸੋ ਸਿੱਧਾ ਰਾਹ ਪੈਂਦਾ ਹੈ ਨਿਹਰਾ ਆਪਣੀ ਜਾਣ ਲਈ ਤੇ ਜਿਹੜਾ ਭੁੱਲਾ ਸੋ ਭੁੱਲਦਾ ਨਿਹਰਾ ਉਸੇ ਉੱਤੇ ਬਬਾਲ ਤੇ ਨਹੀਂ ਚੁੱਕਦਾ ਕੋਈ ਚੁੱਕਣ ਵਾਲਾ ਭਾਰ ਦੂਜੇ ਦਾ تے نہیں ہے اسی عذاب کر دے جد تک پیغمبر نہ بھیج دئیے جد اسا چایا تو برباد کر دیے کسے بستی دی نو حکم کیتا اسا موجہ مانن ماریاں اس دیاں نو تے او بے فرمانی کرن لگ پئے اس وچ تد ٹھیک بیٹھی ہو نا اوتے گل عذاب دی پھر اسی برباد کر دینے ہیں اس نو پوری طرح تے کتنی ہی برباد کر دتی نے اسا سنگتا پیچھے نو دے تے بتیرا ہے تیرا رب اپنے بندے دے گناہ دی خبر رکھن والا ویکھن والا ਐڑا ਜਾਂਦਾ ਹੋਵੇ ਦੁਨੀਆ ਸ਼ਿਤਾਬੀ ਦੇ ਦਿੰਨੇ ਅਸੀਂ ਉਸ ਨੂੰ ਇੱਥੇ ਜਿੰਨਾ ਸਿਚਾਈਏ ਜਿਸ ਨੂੰ ਅਸੀਂ ਚਾਹੀਏ ਫੇਰ ਠਹਿਰਾਇਆ ਐ ਅਸਾਂ ਉਹਦੇ ਲਈ ਦੋਜ਼ਖ ਵੜੇ گا ਉੱਥੇ ਮੁਲਾਮਤ ਸੁਣ ਕੇ ਰਹਿਮ ਤੋਂ ਰਾਂਦਿਆ ਜਾ ਕੇ ਤੇ ਜਿੰਨ ਚਾਹੀ ਆਖਰਤ ਤੇ ਦੌੜ ਕੀਤੀ ਉਹਦੇ ਲਈ ਉਹਦੇ ਲਾਇਕ ਦੀ ਨਾਰੇ ਉਹ ਏ ਇਮਾਨਦਾਰ ਸੋ ਉਹਨੇ ਜੋ ਦੌੜ ਉਹਨਾਂ ਦੀ ਕਬੂਲ ਪਈ ਹਰ ਟੋਲੇ ਨੂੰ ਦਿੰਦੇ ਜਾਣੇ ਅਸੀਂ ਇਨਾਂ ਨੂੰ ਤੇ ਉਹਨਾਂ ਨੂੰ ਵੀ ਤੇਰੇ ਰੱਬ ਦੀ ਬਖਸ਼ਿਸ਼ ਵਿੱਚੋਂ ਕਿ ਨਹੀਂ ਇਹ ਬਖਸ਼ਿਸ਼ ਤੇਰੇ ਰੱਬ ਦੀ ਬੰਦ ਕੀਤੀ ਹੋਈ ਪਰ ਨਜ਼ਰ ਕਰੋ ਕਿਸ ਤਰ੍ਹਾਂ ਵਡਿਆਈ ਦਿੱਤੀ ਐ ਸਾ ਇਕਨਾਂ ਨੂੰ ਇਕਨਾ ਉੱਤੇ ਤੇ ਆਖਰਤ ਜ਼ਹੂਰ ਵਢੇੜੀ ਬੜੀ ਅਦਰਜਾਂ ਵਾਲੋਂ ਤੇ ਬਹੁਤ ਬੜੀ ਐ ਵਡਿਆਈ ਦੇਣੇ ਵਾਲੋਂ ਅਠਰਾ ਅੱਲਾ ਨਾਲ ਮਹਬੂਤ ਦੂਸਰਾ ਫਿਰ ਬੈਠ ਰਹੇਗਾ ਮਲਾਮਤ ਸੁਣ ਕੇ ਅਕਾਰਾ ਹੋ ਕੇ ਪੱਕਾ ਹੁਕਮ ਕਰ ਦਿੰਦਾ ਤੇਰੇ ਰੱਬ ਨੇ ਪੈਨਾ ਪੂਜੋ ਪਰ ਉਸੇ ਨੂੰ ਤੇ ਜੰਦਿਆਂ ਨਾਲ ਇਹਸਾਨ ਕਰਨਾ ਜੇ ਪਹੁੰਚੇ ਤੇਰੇ ਕੋਲ ਬੁੱਢੇ ਪੈਨੂ ਇਕੋ ਨਾਲ ਵਿੱਚੋ ਜਾਂ ਉਹ ਦੋਵੇਂ ਤਾ ਨਾ ਆਖੋ ਨਾ ਨੂੰ ਉਫ ਕਿੰਨਾ ਝਿੜਕ ਉਹਨਾਂ ਨੂੰ ਤੇ ਆਖੋ ਉਹਨਾਂ ਨੂੰ ਗੱਲ ਆ ਦਬਦੀ ਤੇ ਨੀਵੀਂ ਕਰੋ ਨਾਗੇ ਬਾ ਅਜਿਧੀ ਮੇਰ ਨਾਲ ਤੇ ਦੁਆ ਕਰਿਆ ਕਰ ਮੇਰੇ ਰੱਬਾ ਮੇਰ ਕਾਲੇ ਨਾ ਉਤੇ ਜੀਵੇ ਪਾਲਿਆ ਨੇ ਮੈਨੂੰ ਨਿੱਕੇ ਹੁੰਦੇ ਨੂੰ ਰੱਬ ਤੁਹਾਡਾ ਖੂਬ ਜਾਣਦਾ ਹੈ ਜੋ ਤੁਹਾਡੇ ਜੀਆਂ ਵਿੱਚ ਜੇ ਤੁਸੀਂ ਹੋਵੋਗੇ ਨੇਕ ਤਾ ਜ਼ਰੂਰ ਉਹ ਤੋਬਾ ਕਰਨ ਵਾਲਿਆਂ ਨੂੰ ਬਖਸ਼ਣ ਵਾਲਾ ਹੈ ਤੇ ਦੇਹ ਸਾਕੇਦਾਰ ਨੂੰ ਹੱਕ ਉਹ ਦਾ ਤੇ ਭੁੱਖੇ ਤੇ ਰਾਈ ਨੂੰ ਹੱਕ ਉਹ ਦਾ ਤੇ ਨਾ ਉਡਾ ਬੇਜਾ ਖਰਚ ਕਰਕੇ ਬੇਜਾ ਖਰਚ ਕਰਨ ਵਾਲੇ ਜ਼ਰੂਰ ਭਰਾ ਨਹੀਂ ਸ਼ੈਤਾਨ ਦੇ ਤੇ ਸ਼ੈਤਾਨ ਆਪਣੇ ਰੱਬ ਦਾ ਨਾ ਸ਼ੁਕਰ ਹੈ ਜੇ ਮੂੰਹ ਪੋਏ ਤੂੰ ਹੋਣਾ ਤੂੰ ਅਜੇ ਖੁਦ ਆਪ ਰਿਜ਼ਕ ਦੀ ਤਲਾਸ਼ ਵਿੱਚ ਹੋਵੇਂ ਆਪਣੇ ਰੱਬ ਤੋਂ ਜਿਸ ਦੀ ਉਮੀਦ ਰੱਖਣਾ ਹੈ ਤਾਂ ਆਖੋ ਨਾ ਨੂੰ ਗੱਲ ਨਰਮ ਤੇ ਨਾ ਰਾਖਾ ਤਾਂ ਆਪਣੇ ਬੰਨ ਕੇ ਆਪਣੀ ਗਰਦਨ ਨਾਲ ਤੇ ਨਾ ਖੋਲ ਉਸ ਨੂੰ ਸਾਰਾ ਖੋਲਣਾ ਨਹੀਂ ਤੇ ਬੈਠ ਰਹੇਗਾ ਉਲਾਮਾ ਲੈ ਕੇ ਹਾਰ ਕੇ ਜਦਾ ਰੱਬ ਜ਼ਰੂਰ ਕੁਸ਼ਾਦਾ ਕਰਦਾ ਹੈ ਰਿਜ਼ਕ ਜਿਹਦੇ ਲਈ ਚਾਹੀਏ ਤੇ ਤੰਗ ਕਰਦਾ ਹੈ ਜਿਹਦੇ ਲਈ ਚਾਹੇ ਉਹ ਜ਼ਰੂਰ ਹੀ ਆਪਣੇ ਬੰਦਿਆਂ ਦੀ ਖਬਰ ਰੱਖਦਾ ਹੈ ਤੇ ਵੇਖਦਾ ਹੈ ਤੇ ਨਾ ਖੂਨ ਕਰੋ ਔਲਾਦ ਆਪਣੀ ਨਾ ਤੰਗ ਦਸਤੀ ਦੇ ਖੌਫ ਨਾਲ ਅਸੀਂ ਰਿਜ਼ਕ ਦਿੰਨੇ ਆ ਉਹਨਾਂ ਨੂੰ ਤੇ ਤੁਹਾਨੂੰ ਖੂਨ ਕਰਨਾ ਉਹਨਾਂ ਦਾ ਜ਼ਰੂਰ ਖਤਾ ਹੈ ਬੜੀ ਨੇੜੇ ਨਾ ਜਾਓ ਜਨਾ ਦੇ ਉਹ ਜ਼ਰੂਰ ਬੇਹਯਾਈ ਦਾ ਕੰਮ ਹੈ ਤੇ ਬੜਾ ਹੀ ਬੁਰਾ ਰਾਹ ਹੈ ਤੇ ਨਾ ਖੂਨ ਕਰੋ ਕਿਸੇ ਜਾਨ ਦਾ ਜਿਹੜੀ ਮਨਾ ਕੀਤੀ ਹੈ ਅੱਲਾ ਨੇ ਪਰ ਹੱਕ ਨਾਲ ਤੇ ਜਿਸ ਦਾ ਖੂਨ ਹੋਇਆ ਜ਼ੁਲਮ ਨਾਲ ਸੋ ਦੇ ਦਿੱਤਾ ਹੈ ਸਾ ਬਾਲੀ ਉਹਦੇ ਨੂੰ ਜ਼ੋਰ ਫਿਰ ਵਾਦਾ ਨਾ ਕਰੇ ਖੂਨ ਕਰਨ ਵਿੱਚ ਉਹਦੀ ਜ਼ਰੂਰ ਮਦਦ ਹੋਣੀ ਹੈ ਤੇ ਨੇੜੇ ਨਾ ਜਾਓ ਯਤੀਮ ਤੇ ਮਾਲ ਦੇ ਪਰ ਉਸ ਤਰ੍ਹਾਂ ਜੋ ਬਿਹਤਰ ਹੈ ਜਦ ਤੱਕ ਨਾ ਪਹੁੰਚੇ ਆਪਣੀ ਜਵਾਨੀ ਨੂੰ ਤੇ ਪੂਰਾ ਕਰੋ ਇਕਰਾਰ ਇਕਰਾਰ ਦੀ ਜ਼ਰੂਰ ਪੁੱਛ ਹੋਣੀ ਏ ਪੂਰਾ ਕਰੋ ਟੋਪਾ ਜਦ ਮਣੋ ਤੁਸੀਂ ਤੇ ਤੋਲੋ ਤਰਕੀਬ ਸਿੱਧੀ ਨਾਲ ਇਹ ਹੀ ਚੰਗਾ ਤੇ ਬਿਹਤਰ ਉੜਕ ਵਿੱਚ ਕਿ ਨਾ ਮਗਰ ਪਾਉ ਉਸ ਦੇ ਜਿਸ ਦੀ ਤੈਨੂੰ ਖਬਰ ਨਹੀਂ ਕੰਨ ਤੇ ਅੱਖ ਤੇ ਦਿਲ ਹਰ ਇੱਕ ਦੀ ਇਹਨਾਂ ਤਿੰਨ ਵਿੱਚੋਂ ਹੀ ਜ਼ਰੂਰ ਪੁੱਛ ਹੋਣੀ ਤੇ ਨਾ ਤੁਰ ਜ਼ਮੀਨ ਵਿੱਚ ਆਕੜ ਕੇ ਜ਼ਰੂਰ ਤੂੰ ਹਰ ਗੱਜ ਪਾੜ ਨਹੀਂ ਲੈਣੀ ਜ਼ਮੀਨ ਤੇ ਹਰ ਗਿਦ ਨਹੀਂ ਪਹੁੰਚਣਾ ਪੜਾਣ ਲੰਮਾ ਹੋ ਕੇ ਜਿਤਨੀਆਂ ਇਹ ਗੱਲਾਂ ਨੇ ਹੈ ਬੁਰੀ ਇਹਨਾਂ ਵਿੱਚੋਂ ਤੇਰੇ ਰੱਬ ਕੋਲ ਨਾ ਪਸੰਦ ਇਹ ਹੀ ਉਸਿਲਮ ਵਿੱਚੋਂ ਜੋ ਉਤਾਰੇ ਹੈ ਤੇਰੇ ਵੱਲ ਤੇਰੇ ਰੱਬ ਨੇ ਤੇ ਨਾ ਠਹਿਰਾ ਅੱਲਾ ਨਾਲ ਮਹਬੂਤ ਦੂਸਰਾ ਫਿਰ ਪੈਂਗਾ ਦੋਜ਼ਖ ਵਿੱਚ ਉਲਾਮਾ ਲੈ ਕੇ ੱੱਕੇ ਖਾ ਕੇ ਅਜਬ ਗੱਲ ਹੈ ਚੁੰਡ ਤੇਨੇ ਤੁਹਾਨੂੰ ਰੱਬ ਤੁਹਾਡੇ ਨੇ ਪੁੱਤਰ ਤੇ ਆਪ ਲਈਆਂ ਨੇ ਫਰਿਸ਼ਤਿਆਂ ਵਿੱਚੋਂ ਧੀਆ ਤੁਸੀਂ ਜ਼ਰੂਰ ਹੀ ਆਖਦੇ ਹੋ ਗੱਲ ਬੜੀ ਬੁਰੀ ਤੇ ਜ਼ਰੂਰ ਅਸਾਂ ਬਾਰ-ਬਾਰ ਬਿਆਨ ਕੀਤਾ ਇਸ ਕੁਰਾਨ ਵਿੱਚ ਤਾਂ ਮਤ ਲੈਣ ਤੇ ਨਹੀਂ ਵਧਾਂਦਾ ਉਹਨਾਂ ਦਾ ਸਵਾਦ ਰਹਿਣੇ ਦੇ ਹੱਕ ਤੋਂ ਵੀ ਆਖੋ ਜੇ ਕਦੇ ਹੁੰਦੇ ਉਹਦੇ ਨਾਲ ਕਈ ਮਹਬੂਦ ਜਿਉ ਉਹ ਆਖਦੇ ਨੇ ਤਦ ਜ਼ਰੂਰ ਢੂੰਡਦੇ ਅਰਸ਼ ਦੇ ਤਖਤ ਵਾਲੇ ਵੱਲ ਅਪੜਨ ਦੀ ਕੋਈ ਰਾਹ ਉਹ ਬੇਅਬ ਤੇ ਉੱਚਾ ਹੈ ਉਸ ਗੱਲਾਂ ਜੋ ਆਖਦੇ ਨੇ ਉਹ ਬੜੀ ਉਚਾਈ ਰੱਖਦਾ ਬੇਅਬ ਆਖਦੇ ਨੇ ਉਹਨੂੰ ਸੱਤੇ ਅਸਮਾਨ ਤੇ ਜ਼ਮੀਨ ਨਾਲੇ ਜੋ ਕੁਝ ਵੀ ਵਿੱਚ ਉਹਨਾਂ ਦੇ ਤੇ ਕੋਈ ਚੀਜ਼ ਨਹੀਂ ਪਰ ਬੇਅਬ ਆਖਦੀਏ ਨਾਲ ਰਲਾ ਕੇ ਸੋਭਾ ਉਹਦੀ ਪਰ ਤੁਸੀਂ ਨਹੀਂ ਸਮਝਦੇ ਬੇਅਬ ਆਖਣਾ ਉਹਨਾਂ ਦਾ ਉਹ ਜ਼ਰੂਰ ਤਹਮਲ ਵਾਲਾ ਬਖਸ਼ਣਾ ਆਰੇ ਜਦ ਪੜਨੇ Quran ਕਰਦੇ ਨੇ ਅਸੀਂ ਵਿਚਾਰ ਤੇਰੇ ਤੇ ਵਿਚਾਰ ਉਹਨਾਂ ਦੇ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਇੱਕ ਪਰਦਾ ਟਕਿਆ ਹੋਇਆ ਕਰਦੇ ਤੇ ਨੇ ਅਸੀਂ ਉਹਨਾਂ ਦੇ ਦਿਲਾਂ ਉੱਤੇ ਪਰਦੇ ਤੇ ਉਹਨਾਂ ਦੇ ਕੰਨਾਂ ਉੱਤੇ ਛੱਪੇ ਤਾਂ ਸਮਝ ਨਾ ਲੈਣ ਉਹਨੂੰ ਤੇ ਤੁਸੀਂ ਜਦ ਜ਼ਿਕਰ ਕਰਦੇ ਹੋ ਆਪਣੇ ਇੱਕੋ ਰੱਬ ਦਾ ਕੁਰਾਨ ਵਿੱਚ ਮੁੜ ਜਾਂਦੇ ਨੇ ਪਛਾਣ ਨੂੰ ਤਰਹਿ ਕੇ ਤੁਸੀਂ ਖੂਬ ਜਾਣਦੇ ਆ ਜਿਸ ਵਾਸਤੇ ਸੁਣਦੇ ਨੇ ਜਦ ਕਲ ਰੱਖਦੇ ਨੇ ਤੇਰੇ ਵੱਲ ਤੇ ਜਦ ਉਹ ਸਲਾਹ ਕਰਦੇ ਨੇ ਆਖਦੇ ਨੇ ਆਪਸ ਵਿੱਚ ਇਹ ਜ਼ਾਲਮ ਜੇ ਨਹੀਂ ਮਗਰ ਤੁਰਦੇ ਉਹ ਤੁਸੀਂ پر ایک مرد دے جس اتے جادو ہویا ہے ویخ کس طرح لائے نے خان پھر پٹک گئے نے پھر طاقت نہیں رکھ دے رہا پہن دی تے آنکھوں نے آخلا جد گے ہڈیاں چورا پلا ارور ہی اٹھا جاؤں گے نویں سرو ہو جاؤ تو اسی پتھر یا لو یا پامے پور کوئی پدائش جو مشکل لگتی ہے جیہاں بیچے پھر بھی تھی ضرور اٹھ کے رو گے ਫੇਰ ਪੁੱਛਣਗੇ ਕੌਣ ਦੁਬਾਰਾ ਪੈਦਾ ਕਰੇਗਾ ਸਾਨੂੰ ਤੂੰ ਆਖ ਜਿਸ ਪੈਦਾ ਕੀਤਾ ਤੁਹਾਨੂੰ ਪਹਿਲੀ ਵਾਰੀ ਫੇਰ ਹਲਾਣਗੇ ਤੇਰੇ ਵੱਲ ਸਿਰ ਆਪਣੇ ਤੇ ਆਖਣ ਕਿ ਕਦੋਂ ਹੈ ਇਹ ਗੱਲ ਤੂੰ ਆਖ ਸ਼ਾਇਦ ਨੇੜਾ ਹੀ ਹੋਵੇ ਇਸ ਦਿਨ ਸੱਦੇਗਾ ਤੁਹਾਨੂੰ ਫੇਰ ਨਿਕਲ ਆਓਗੇ ਉਹਦੀ ਸੋਭਾ ਆਖਦੇ ਹੋਏ ਤੇ ਗੁਮਾਨ ਕਰੋਗੇ ਜੋ ਨਹੀਂ ਦੇਰ ਲਾਈ ਤੁਸੀਂ ਪਰ ਥੋੜੀ ਵੀਬ ਆਖਦੇ ਹੋ ਬੰਦੇ ਮੇਰੇਆਂ ਨੂੰ ਆਖਣ ਉਹ ਗੱਲ ਜਿਹੜੀ ਬਦੇਰੀ ਸੋਹਣੀ ਹੈ ਦਰਅਸਲ ਇਹ ਸ਼ੈਤਾਨ ਜ਼ਰੂਰ ਝਗੜਾ ਪਾ ਦਿੰਦਾ ਉਹਨਾਂ ਵਿੱਚ ਸ਼ੈਤਾਨ ਜ਼ਰੂਰ ਆਦਮੀ ਦਾ ਦੁਸ਼ਮਣ ਹੈ ਜ਼ਹਿਰ ਰੱਬ ਤੁਹਾਡਾ ਖੂਬ ਜਾਣਦਾ ਤੁਹਾਨੂੰ ਜੇ ਚਾਹੇ ਮੇਰ ਕਰੇ ਤੁਸਾਂ ਉੱਤੇ ਹੀ ਅਚਾਇ ਅਜ਼ਾਬ ਕਰੇ ਤੁਹਾਨੂੰ ਐ ਹਬੀਬ ਤੇ ਨਹੀਂ ਭੇਜਿਆ ਸਾਂ ਤੈਨੂੰ ਉਹਨਾਂ ਉੱਤੇ ਜ਼ਿੰਮੇਵਾਰ ਕਰਕੇ ਤੇ ਰੱਬ ਤੇਰਾ ਖੂਬ ਜਾਣਦਾ ਉਹਨੂੰ ਜਿਹੜਾ ਅਸਮਾਨਾਂ ਤੇ ਜ਼ਮੀਨ ਵਿੱਚ ਹੈ ਤੇ ਜ਼ਰੂਰ ਵਡਿਆਈ ਦਿੱਤੀ ਐ ਸਾਂ ਇਕਨਾ ਪੈਗੰਬਰਾਂ ਨੂੰ ਇਕਨਾ ਨਾਲੋਂ ਤੇ ਦਿੱਤੀ ਐ ਸਹੀ ਦਾਊਦ ਨੂੰ ਜ਼ਬੂਰ ਉਹ ਆ ਖ ਸਦੋ ਜਿਨਾਂ ਨੂੰ ਗਮਾਨ ਕੀਤਾ ਜੇ ਸਵਾ ਉਹਦੇ ਸੋ ਉਹਨਾਂ ਦੇ ਇਖਤਿਆਰ ਨਹੀਂ ਦਫਾ ਕਰ ਦੇਣਾ ਦੁੱਖ ਦਾ ਤੁਸਾਂ ਤੋਂ ਤੇ ਨਾ ਬਦਲ ਦੇਣਾ ਉਹ ਲੋਕ ਜਿਨਾਂ ਨੂੰ ਇਹ ਸੱਦਦੇ ਨੇ ਆਪ ਢੂੰਢਦੇ ਨੇ ਉਹ ਆਪਣੇ ਰੱਬ ਵੱਲ ਨਜ਼ਦੀਕੀ ਜੇ ਕੌਣ ਮਨਾਂ ਵਿੱਚ ਬਧੀਰਾ ਨੇੜੇ ਹੋ ਜਾਏ ਤੇ ਉਮੀਦ ਰੱਖਦੇ ਨੇ ਉਹਦੀ ਮਿਹਰ ਦੀ ਤੇ ਡਰਦੇ ਨੇ ਉਹਦੇ ਅਜ਼ਾਬੋਂ ਤੇਰੇ ਰੱਬ ਦਾ ਅਜ਼ਾਬ ਜ਼ਰੂਰ ਡਰਨ ਵਾਲੀ ਚੀਜ਼ ਹੈ ਤੇ ਕੋਈ ਵਸਤੀ ਨਹੀਂ ਪਰਾ ਸਭ ਬਰਬਾਦ ਕਰ ਦੇਣਾ ਉਸ ਨੂੰ ਪਹਿਲੇ ਦਿਨ ਕਿਆਮਤ ਦੇ ਜਾਂ ਅਜ਼ਾਬ ਕਰਨਾ ਹੈ ਉਸ ਨੂੰ ਸਖਤ ਅਜ਼ਾਬ ਹੈ ਇਹ ਗੱਲ ਕਿਤਾਬ ਵਿੱਚ ਲਿਖੀ ਹੋਈ ਤੇ ਨਹੀਂ ਰੋਕਿਆ ਸਾਨੂੰ ਨਿਸ਼ਾਨੀਆਂ ਭੇਜਣੇ ਤੋਂ ਪਰ ਇਸ ਗੱਲ ਨੇ ਜੋ ਝੁੱਠ ਲਾਇਆ ਸੀ ਉਹਨਾਂ ਨੂੰ ਤਹਲਿਆ ਨੇ ਤੇ ਦਿੱਤੀ ਅਸਾ ਸਮੂਦ ਨੂੰ ਉਠਣੀ ਪੱਕੀ ਨਿਸ਼ਾਨੀ ਫਿਰ ਜ਼ੁਲਮ ਕੀ ਤੋਨੇ ਉਸ ਨਾਲ ਤੇ ਨਹੀਂ ਭੇਜਦੇ ਸੀ ਨਿਸ਼ਾਨੀਆਂ ਪਰ ਡਰਾਂ ਲਈ ਜਬ ਜਦ ਆਖ ਦਿੱਤਾ ਸੋ ਤੈਨੂੰ ਪਰ ਤੇਰੇ ਰੱਬ ਨੇ ਘੇਰ ਲਿਆ ਇਹਨਾਂ ਲੋਕਾਂ ਨੂੰ ਤੇ ਨਹੀਂ ਕੀਤਾ ਸਾਬ ਬਖਾਲਣ ਜੋ ਅਸਾਂ ਬਖਾਇਆ ਤੈਨੂੰ ਯਾਨੀ ਮਿਹਰਾਜ ਪਰ ਲੋਕਾਂ ਦੀ ਅਜ਼ਮਾਨ ਨੂੰ ਤੇ ਉਹ ਦਰਖਤ ਥੋੜਦਾ ਜਿਸ ਉੱਤੇ ਫਟਕਾਰ ਪਈ ਹੈ ਕੁਰਾਨ ਵਿੱਚ ਤੇ ਅਸੀਂ ਡਰਾਨੇ ਉਹਨਾਂ ਨੂੰ ਫਿਰ ਨਹੀਂ ਵਿਦਾਂਦਾ ਉਹਨਾਂ ਵਿੱਚ ਪਰ ਬਦੇਰੀ ਸਰਕਸ਼ੀ ਤੇ ਉਹ ਵਿਖਾਵਾ ਮਿਹਰਾਜ ਜਿਸ ਨਾਲ ਲੋਕਾਂ ਦੀ ਅਜ਼ਮਾਇਸ਼ ਹੋਈ ਸੱਚਿਆਂ ਨੇ ਮੰਨਿਆ ਤੇ ਕੱਚਿਆਂ ਨੇ ਨਾ ਮੰਨਿਆ ਤੇ ਜਿਸ ਦਰਖਤ ਉੱਤੇ ਫਟਕਾਰ ਪਈ ਯਾਨੀ ਥੋੜਦਾ ਦਰਖਤ ਕੁਰਾਨ ਸ਼ਰੀਫ ਵਿੱਚ فرمایا ਜੋ ਦੋਸਖੀ ਥੋੜਾ ਦਰਖਤ ਖਾਣਗੇ ਇਮਾਨਦਾਰਾਂ ਨੇ ਮੰਨਿਆ ਤੇ ਬੇਈਮਾਨਾਂ ਨੇ ਆਖਿਆ ਅੱਗ ਵਿੱਚ ਹਰਾ ਦਰਖਤ ਕਿਕਰ ਹੋਵੇਗਾ ਇਹ ਵੀ ਇੱਕ ਅਜ਼ਮਾਨਾ ਸੀ ਜਦ ਆਖਿਆ ਸਭ ਫਰਿਸ਼ਤਿਆਂ ਨੂੰ ਸਜਦਾ ਕਰੋ ਆਦਮ ਨੂੰ ਤੇ ਸਜਦਾ ਕੀਤਾ ਨੇ ਪਰ ਸ਼ੈਤਾਨ ਨੇ ਆਖਿਓ ਸੁ ਪਹਿਲਾ ਮੈਂ ਸਜਦਾ ਕਰਾਂ ਉਹਨੂੰ ਜਿਸ ਨੂੰ ਮਿੱਟੀ ਦਾ ਬਣਾਇਆ ਹੀ ਆਖਿਓ ਸੁ ਦੱਸ ਮੈਨੂੰ ਇਹ ਲਾਇਕ ਹੈ ਸੀ ਜਿਸ ਨੂੰ ਵਡਿਆਈ ਦਿੱਤੀ ਹੈ ਮੇਰੇ ਉੱਤੇ ਜੇ ਛੱਲ ਦੇ ਤੂੰ ਮੈਨੂੰ ਦਿਨ ਕਿਆਮਤ ਤੱਕ ਤਾਂ ਥੋੜਿਆਂ ਨੂੰ ਛੱਡ ਕੇ ਜ਼ਰੂਰ ਮੈਂ ਜੜ ਪੁੱਟ ਲਾਂ ਇਸ ਦੀ ਔਲਾਦ ਦੀ ਅੱਲਾਹ ਫਰਮਾਇਆ ਜਾ ਫਿਰ ਜਿਹੜਾ ਤੇਰੇ ਮਗਰ ਤੁਰੇਗਾ ਇਹਨਾਂ ਵਿੱਚੋਂ ਸੋ ਜ਼ਰੂਰ ਦੋਜ਼ਖੇ ਸਦਾ ਤੁਹਾਡੀ ਵਰਪੂਰ ਸਦਾ ਥਰਕਾ ਲੈ ਜਿਸ ਨੂੰ ਥਰਕਾ ਸਕੇ ਤੂੰ ਉਹਨਾਂ ਵਿੱਚੋਂ ਆਪਣੀ ਆਵਾਜ਼ ਨਾਲ ਤੇ ਸੱਦ ਲਿਆ ਉਹਨਾਂ ਉੱਤੇ ਸਵਾਰ ਆਪਣੇ ਤੇ ਪਿਆਦੇ ਆਪਣੇ ਤੇ ਸੇਧਾਰ ਬਣ ਲੈ ਉਹਨਾਂ ਨਾਲ ਮਾਲਾਂ ਤੇ ਔਲਾਦਾਂ ਵਿੱਚ ਕਿ ਵਾਦਾ ਦੇ ਲਾ ਉਹਨਾਂ ਨੂੰ ਤੇ ਨਹੀਂ ਵਾਦਾ ਦਿੰਦਾ ਉਹਨਾਂ ਨੂੰ ਸ਼ੈਤਾਨ ਪਰ ਫਰੇਬਦਾ ਜੋ ਮੇਰੇ ਬੰਦੇ ਨੇ ਜ਼ਰੂਰ ਨਹੀਂ ਹੈ ਤੇਰਾ ਉਹਨਾਂ ਉੱਤੇ ਕੁਝ ਜ਼ੋਰ ਤੇ ਬਤੇਰਾ ਹੈ ਤੇਰਾ ਰੱਬ ਕੰਮ ਬਣਾਉਣ ਨੂੰ ਵੀ ਤੁਹਾਡਾ ਉਹ ਹੈ ਜਿਹੜਾ ਤੋਰਦਾ ਹੈ ਤੁਸਾਂ ਲਈ ਜਾ ਸਮੁੰਦਰ ਵਿੱਚ ਤਾਂ ਟੁੰਡੋ ਫਜ਼ਲ ਉਹਦਾ ਉਹ ਜ਼ਰੂਰ ਤੁਸਾਂ ਉੱਤੇ ਮਿਹਰਬਾਨ ਹੈ ਤੇ ਜਦ ਪਹੁੰਚੇ ਤੁਹਾਨੂੰ ਦੁੱਖ ਸਮੁੰਦਰ ਵਿੱਚ ਭੁੱਲ ਜਾਂਦਾ ਹੈ ਉਹ ਜਿਸ ਤੋਂ ਦੁਆ ਮੰਗਦੇ ਹੋ ਸੁਆਹ ਉਹਦੇ ਫਿਰ ਜਦ ਬਚਾ ਲਿਓ ਤੁਹਾਨੂੰ ਸੁੱਕੇ ਥਾਂ ਵੱਲ ਟਾਲ ਗਏ ਤੁਸੀਂ ਤੇ ਆਦਮੀ ਬੜਾ ਦਾ ਸ਼ੁਕਰ ਹੈ ਜੋ ਫਿਰ ਡਰ ਲਾ ਛੱਡਿਆ ਜੇ ਜੋ ਤਸਾ ਦੇ ਤੁਹਾਨੂੰ ਸੁੱਕੇ ਥਾਂ ਦੇ ਕਿਨਾਰੇ ਵਿੱਚ ਜਾਂ ਭੇਜੇ ਤੁਸੀਂ ਉੱਤੇ ਪਥਰਾਉ ਹਨੇਰੀ ਫਿਰ ਨਾ ਪਾਓ ਆਪਣੇ ਬਚਾਨ ਵਾਸਤੇ ਕੋਈ ਹਮਾਇਤੀ ਡਰ ਲਾ ਛੱਡਿਆ ਜੇ ਜੋ ਮੁੜ ਕੇ ਲੈ ਜਾਏ ਤੁਹਾਨੂੰ ਸਮੁੰਦਰ ਵਿੱਚ ਦੂਜੀ ਵਾਰੀ ਫਿਰ ਭੇਜੇ ਤੁਸੀਂ ਉੱਤੇ ਤੋੜਨ ਵਾਲਾ ਚੌਕਾ ਹਵਾ ਦਾ ਫਿਰ ਡੋਬ ਦੇ ਤੁਹਾਨੂੰ ਬਦਲੇ ਉਸ ਦੇ ਜੋ ਬੇਈਮਾਨੀ ਕੀਤੀ ਹੋ ਜੇ ਫਿਰ ਨਾ ਲੱਭੇ ਆਪਣੇ ਵਾਸਤੇ ਸਾਡੇ ਉੱਤੇ ਉਸ ਦਾ ਕੋਈ ਪਿੱਛਾ ਕਰਨ ਵਾਲਾ ਜਰੂਰ ਇੱਜ਼ਤ ਕੀਤੀ ਅਸਾ ਆਦਮ ਦੀ ਔਲਾਦ ਦਿੱਤੀ ਤੇ ਸਵਾਰੀ ਦਿੱਤੀ ਅਸਾ ਉਹਨਾਂ ਨੂੰ ਸੁੱਕੇ ਥਾਂ ਤੇ ਦਰਿਆ ਵਿੱਚ ਤੇ ਰਿਜ਼ਕ ਦਿੱਤਾ ਅਸਾ ਉਹਨਾਂ ਨੂੰ ਸੁਥਰੀਆਂ ਚੀਜ਼ਾਂ ਵਿੱਚੋਂ ਤੇ ਵਡਿਆਈ ਦਿੱਤੀ ਅਸਾ ਉਹਨਾਂ ਨੂੰ ਬਹੁਤਿਆਂ ਉੱਤੇ ਉਹਨਾਂ ਵਿੱਚੋਂ ਜਿਹੜੇ ਅਸਾ ਪੈਦਾ ਕੀਤੇ ਇਸ ਦਿਨ ਸੱਦਾਂਗੇ ਅਸੀਂ ਹੱਟੋ ਦੇ ਨੂੰ ਨਾਲ ਉਹਨਾਂ ਦੇ ਸਰਦਾਰਾਂ ਦੇ ਫਿਰ ਜਿਸ ਨੂੰ ਮਿਲ ਗਿਆ ਆਪਣਾ ਅਮਲਨਾਮਾ ਆਪਣੇ ਸੱਜੇ ਹੱਥ ਵਿੱਚ ਸੋ ਉਹ ਪੜਨ ਗਿਆ ਅਮਲਨਾਮਾ ਆਪਣਾ ਕਿ ਨਾ ਜ਼ੁਲਮ ਹੋਣੇਗਾ ਇੱਕ ਜ਼ਰਾ ਤੇ ਜੜਾ ਰੇ ਇਸ ਜਾਨ ਵਿਚ ਅੰਨਾ ਸੋ ਉਹ ਆਖਰਤ ਵਿੱਚ ਵੀ ਅੰਨਾ ਹੈ ਤੇ ਬਦੇਰਾ ਭੁੱਲਾ ਹੋਇਆ ਰਹੂ ਤੇ ਜ਼ਰੂਰ ਨੇੜੇ ਆ ਗਏ ਸਨ ਜੋ ਥੜਕਾ ਦੇਣ ਤੈਨੂੰ ਉਸ ਗੱਲ ਤੋਂ ਜੋ ਪਈਏ ਆ ਸੰ ਤੇਰੇ ਵੱਲ ਤਾਂ ਜੋੜ ਲੈ ਤੂੰ ਗੱਲ ਕੋਈ ਸਾਡੇ ਨਾਮ ਉੱਤੇ ਸਵਾਹ ਉਹਦੇ ਤੇ ਤਦ ਬਣਾ ਦੇ ਤੈਨੂੰ ਯਾਰ ਜੇ ਕਦੇ ਨਾ ਸਾਬਤ ਰੱਖਦੇ ਅਸੀਂ ਤੈਨੂੰ ਤਾਂ ਨੇੜੇ ਆ ਗਿਆ ਸੈਂ ਤੂੰ ਜੋ ਝੁੱਕ ਪਏ ਉਹਨਾਂ ਵਾਲੇ ਕੁਝ ਥੋੜਾ ਜਿਆ ਤਦ ਚਕਾਉਂਦੇ ਅਸੀਂ ਤੈਨੂੰ ਦੁਨਾਂ ਅਜ਼ਾਬ ਜ਼ਿੰਦਗੀ ਦਾ ਤੇ ਦੁਨਾਂ ਅਜ਼ਾਬ ਮੌਤ ਦਾ ਫੇਰ ਨਾ ਲੱਭਦੋਂ ਆਪਣੇ ਲਈ ਅਸਾਂ ਉੱਤੇ ਕੋਈ ਮਦਦਗਾਰ ਤੇ ਜ਼ਰੂਰ ਨੇੜੇ ਆ ਗਏ ਸਨ ਜੋ ਤਿਲਕਾ ਦੇਣ ਤੈਨੂੰ ਇਸ ਜ਼ਮੀਨੋਂ ਤਾਂ ਕੱਢ ਦੇਣ ਤੈਨੂੰ ਉਥੋਂ ਜੇ ਕਰ ਇੰਜ ਕਰਨ ਤੇ ਤਦ ਨਾ ਠਹਿਰਨ ਕੇ ਪਿੱਛੇ ਤੇਰੇ ਪਰ ਥੋੜਾ ਚਾਲਾ ਵੱਧਾ ਹੋਇਆ ਹੈ ਉਸ ਦਾ ਜੋ ਭੇਜੀ ਅਸਾਂ ਪਹਿਲੇ ਤੇਰੇ ਪੈਗੰਬਰ ਆਪਣੇ ਤੇ ਨਾ ਦੇਖੇਗਾ ਤੂੰ ਸਾਡੇ ਚਾਲੇ ਦਾ ਬਦਲ ਨਾ ਉਰਸਤ ਪੜੋ ਨਮਾਜ਼ ਵਕਤ ਟਲਨੇ ਸੂਰਜ ਦੇ ਰਾਤ ਦੇ ਹਨੇਰੇ ਤੱਕ ਤੇ ਕੁਰਾਨ ਪੜਨਾ ਫਜਰ ਦਾ ਬੇਸ਼ੱਕ ਕੁਰਾਨ ਪੜਨਾ ਫਜਰ ਦਾ ਜ਼ਰੂਰ ਹੈ ਰੂਬ ਰੂਕ ਕੀਤਾ ਹੋਇਆ ਤੇ ਕੁਝ ਰਾਤ ਜਾਗ ਤਜਦ ਲਈ ਇਹ ਹੁਕਮ ਵਧੀਕ ਤੇਰੇ ਲਈ ਦੂਰ ਨਹੀਂ ਜੋ ਖੜਾ ਕਰੇ ਤੈਨੂੰ ਰੱਬ ਤੇਰਾ ਸਵਾਏ ਹੋਏ ਥਾ ਆਖੋ ਮੇਰੇ ਰੱਬਾ داخل ਕਰ ਮੈਨੂੰ داخل ਕਰਨਾ ਸੱਚ ਦਾ ਤੇ ਕੱਢ ਮੈਨੂੰ ਕੱਢਣਾ ਸੱਚ ਦਾ ਤੇ ਦੇ ਮੈਨੂੰ ਆਪਣੇ ਕੋਲੋਂ ਜ਼ੋਰ ਮਦਦ ਦਾ ਆਖੋ ਕਿ ਆ ਗਿਆ ਹੱਕ ਤੇ ਨਿਕਲ ਪੱਜਿਆ ਝੂਠ ਝੂਠ ਜ਼ਰੂਰ ਨਿਕਲ ਪੱਜੂ ਸੀ ਉਤਾਰਨੇ ਆਸੀ ਕੁਰਾਨ ਉਹ ਜੋ ਰੋਗ ਗਵਾਏ ਤੇ ਰਹਿਮਤੀ ਮਾਨਦਾਰਾਂ ਲਈਏ ਤੇ ਨਹੀਂ ਵਧਾਂਦਾ ਜ਼ਾਲਮਾਂ ਨੂੰ ਪਰ ਕਾਟਾ ਜਦ ਨਿਮ ਦੇਈ ਅਸੀ ਆਦਮੀ ਨੂੰ ਤਾਲ ਛੱਡਦਾ ਹੈ ਤੇ ਪਰੇ ਕਰ ਲੈਂਦਾ ਪਾਸਾ ਆਪਣਾ ਤੇ ਜਦ ਪਹੁੰਚੇ ਉਸ ਨੂੰ ਦੁੱਖ ਆਸ ਤੋੜ ਬੈਂਦਾ ਹੈ ਹਬੀਬ ਤੁਸੀਂ ਆਖੋ ਹਰ ਕੋਈ ਕੰਮ ਕਰਦਾ ਹੈ ਆਪਣੀ ਡੋਲ ਉੱਤੇ ਸੋ ਰੱਬ ਤੁਹਾਡਾ ਖੂਬ ਜਾਣਦਾ ਹੈ ਕੌਣ ਖੂਬ ਪਿਆ ਹੈ ਸਿੱਧੀ ਰਾਹ ਪੁੱਛਦੇ ਨੇ ਤੈਨੂੰ ਰੂਹ ਦਾ ਹਾਲ ਤੂੰ ਆਖ ਰੂ ਮੇਰੇ ਰੱਬ ਦੇ ਹੁਕਮ ਵਿੱਚੋਂ ਹੈ ਤੇ ਨਹੀਂ ਮਿਲਿਆ ਤੁਹਾਨੂੰ ਕੋਈ ਇਲਮ ਵਿੱਚੋਂ ਪਰ ਥੋੜਾ ਤੇ ਜੇ ਚਾਹੀਏ ਅਸੀਂ ਤਾਂ ਜ਼ਰੂਰ ਲੈ ਜਾਈਏ ਜੋ ਇਲਮ ਪਈਏ ਅਸਾਂ ਤੇਰੇ ਵੱਲ फेर ਨਾ ਲੱਭੂ ਆਪਣੇ ਲਈ ਉਸ ਦਾ ਸਾਡੇ ਉੱਤੇ ਕੋਈ ਜ਼ਿੰਮੇਦਾਰ ਸਵਾਹ ਰਹਿਮਤ ਦੇ ਤੇਰੇ ਰੱਬ ਵੱਲੋਂ ਉਹਦਾ ਫਜ਼ਲ ਹੈ ਜ਼ਰੂਰ ਤੇਰੇ ਉੱਤੇ بڑا ਹਬੀਬ ਤੁਸੀਂ ਆਖੋ ਜੇ ਇਕੱਠੇ ਹੋਣ ਆਦਮੀ ਤੇ ਜਿੰਨ ਇਸ ਗੱਲ ਉੱਤੇ ਜੋ ਲਿਆਨ ਇਸ ਕੁਰਾਨ ਜਿਆ ਤਾਂ ਨਾ ਲਿਆ ਸਕਣਗੇ ਜਿਦਿਆ ਭਾਵੇਂ ਹੋ ਜਾਣ ਇੱਕ ਇੱਕ ਨਾਲ ਦੇ ਮਦਦਗਾਰ ਜ਼ਰੂਰ ਮੁਰਮੁਰ ਬਿਆਨ ਕੀਤਾ ਅਸਾਂ ਲੋਕਾਂ ਲਈ ਇਸ ਕੁਰਾਨ ਵਿੱਚ ਹਰ ਤਰ੍ਹਾਂ ਦਾ ਖਾਨ ਫਿਰ ਕਬੂਲ ਨਾ ਕੀਤਾ ਬਹੁਤੇ ਲੋਕਾਂ ਨੇ ਸਵਾਰ ਨਾ ਸ਼ੁکری ਦੇ ਆਠਿਓ ਨੇ ਹਾਰ ਗਿਦ ਨਹੀਂ ਮੰਨਣਾ ਸਾਂ ਤੈਨੂੰ ਜੱਤੀਕ ਨਾ ਵਗਾਵੇਂ ਅਸਾਂ ਲਈ ਇਸ ਜ਼ਮੀਨ ਤੋਂ ਚਸ਼ਮਾ ਯਾ ਹੋਵੇ ਤੇਰਾ ਬਾਖ ਯੂ ਤੇ ਅੰਗੂਰ ਦਾ ਫਿਰ ਵਗਾਵੇਂ ਨਹਿਰਾਂ ਵਿਚਕਾਰ ਉਹਦੇ ਜ਼ਮੀਨ ਪਾੜ ਕੇ ਯਾ ਦੇਖ ਦੇ ਅਸਮਾਨ ਜਿਵੇਂ ਆਖਿਆ ਹੀ ਅਸਾਂ ਉੱਤੇ ਟੁਕੜੇ ਟੁਕੜੇ ਕਰਕੇ ਯਾ ਲਿਆਵੇਂ ਅੱਲਾ ਨੂੰ ਤੇ ਫਰਿਸ਼ਟਿਆਂ ਨੂੰ ਰੂਬ ਰੂਬ ਯਾ ਹੋਵੇ ਤੇਰਾ ਘਰ ਸੋਨੇ ਦਾ ਯਾ ਚੜ ਜਾਵੇਂ ਅਸਮਾਨ ਵਿੱਚ ਤੇ ਹਰ ਗਿਦ ਨਹੀਂ ਮੰਨਣਾ ਸਾਂ ਚੜਨਾ ਤੇਰਾ ਜਦ ਤੀਕ ਨਾ ਉਤਾਰ ਲਿਆਵੇਂ ਅਸਾਂ ਉੱਤੇ ਕਿਤਾਬ ਜਿਸ ਨੂੰ ਅਸੀਂ ਪੜ ਲਈਏ ਅਬ ਇਹ ਤੁਸੀਂ ਆਖੋ ਬੇ ਹੈ ਬੇ ਰੱਬ ਮੇਰਾ ਨਹੀਂ ਹਾਂ ਮੈਂ ਪਰ ਬੰਦਾ ਪੈਗਾਮ ਲਿਆਉਣ ਵਾਲਾ ਨਹੀਂ ਰੋਕਿਆ ਲੋਕਾਂ ਨੂੰ ਇਸ ਤੋਂ ਜੋ ਮੰਨ ਜਾਣ ਜਦ ਆ ਚੁੱਕੀ ਉਹਨਾਂ ਨੂੰ ਰਾਹ ਦੀ ਖਬਰ ਪਰ ਇਸ ਗੱਲ ਨੇ ਜੋ ਆਖਿਓ ਨੇ ਭਲਾ ਭੇਜਿਆ ਅੱਲਾ ਨੇ ਆਦਮੀ ਨੂੰ ਪੈਗਾਮ ਪਹੁੰਚਾਉਣ ਵਾਲਾ ਬਣਾ ਕੇ ਤੁਸੀਂ ਆਖੋ ਜੇ ਕਦੇ ਉਹ ਨਜ਼ਮੀਨ ਵਿੱਚ ਫਰਿਸ਼ਤੇ ਤੁਰਦੇ ਫਿਰਦੇ ਇਸ ਮੀਨਾਨ ਨਾਲ ਤਾਂ ਉਤਾਰਦੇ ਅਸੀਂ ਉਹਨਾਂ ਉੱਤੇ ਅਸਮਾਨੋਂ ਫਰਿਸ਼ਤਾ ਪੈਗਾਮ ਪਹੁੰਚਾਉਣ ਵਾਲਾ ਹਬੀਬ ਤੁਸੀਂ ਆਖੋ ਬਤੇਰਾ ਹੈ ਅੱਲਾ ਗਵਾ ਮੇਰੇ ਵਿੱਚ ਤੇ ਤੁਹਾਡੇ ਵਿੱਚ ਉਹ ਜ਼ਰੂਰ ਆਪਣੇ ਬੰਦਿਆਂ ਨੂੰ ਜਾਣਦਾ ਵੇਖਦਾ ਹੈ ਕਿ ਜਿਸ ਨੂੰ ਰਾਹ ਪਾਏ ਅੱਲਾ ਸੋ ਉਹੋ ਹੈ ਰਾਹ ਪਿਆ ਹੋਇਆ ਤੇ ਜਿਸ ਨੂੰ ਰਾਹ ਬੁਲਾਏ ਸੋ ਹਰ ਕਿਸੇ ਨਾਲ ਲੱਭਣ ਗਿਆ ਉਹਨੂੰ ਉਹਨਾਂ ਲਈ ਦਰਦੀ ਸਵਾ ਉਹਦੇ ਤੇ ਉਠਾਉਣਗੇ ਅਸੀਂ ਉਹਨਾਂ ਨੂੰ ਦਿਨ ਕਿਆਮਤ ਦੇ ਉਹਨਾਂ ਦੇ ਮੂੰਹ ਦੇ ਪਾਰ ਅੰਨੇ ਤੇ ਬੋਲੇ ਤੇ ਗੂੰਗੇ ਟਿਕਾਣਾ ਉਹਨਾਂ ਦਾ ਦੋ ਦੱਖੇ ਜੀ ਜੀ ਅੱਗ ਜਦੋਂ ਬੁਝਣ ਲੱਗੇਗੀ ਅਸੀਂ ਆਉਣ ਲਈ ਉਹਨੂੰ 扑ੜਕਾ ਦੇਾਂਗੇ ਤੇਈ ਸਦਾ ਉਹਨਾਂ ਦੀ ਇਸ ਵੱਬੋਂ ਜੇ ਉਹਨਾਂ ਨਾਮੰੀਆਂ ਨਿਸ਼ਾਨੀਆਂ ਸਾਡੀਆਂ ਤੇ ਆਖਿਓ ਨੇ ਭਲਾ ਜਦ ਹੋ ਜਾਾਂਗੇ ਅਸੀਂ ਹੱਡੀਆਂ ਤੇ ਚੂਰਾ ਭਲਾ ਅਸੀਂ ਜ਼ਰੂਰ ਉਠਾਏ ਜਾਾਂਗੇ ਨਵੇਂ ਸਿਰੋਂ ਉਹ ਤਾਂ ਵੀ ਵੇਖਿਆ ਨਹੀਂ ਨੇ ਭਾਈ ਜੀ ਸੱਲਾ ਨੇ ਪੈਦਾ ਕੀਤੇ ਆਸਮਾਨ ਤੇ ਜ਼ਮੀਨ ਉਸ ਦਾ ਜ਼ੋਰ ਚੱਲਦਾ ਹੈ ਇਹਨਾਂ ਜੈ ਪੈਦਾ ਕਰਨ ਉੱਤੇ ਕਿ ਠਹਿرائی ਸੂ ਇਹਨਾਂ ਲਈ ਹਸ਼ਰ ਦੀ ਇੱਕ ਮੁੱਦਤ ਜਿਸ ਵਿੱਚ ਕੁਝ ਸ਼ੱਕ ਨਹੀਂ ਸੋ ਕਬੂਲ ਨਾ ਕੀਤਾ ਜ਼ਾਲਮ ਨੇ ਪਰ ਨਾ ਸ਼ੁ크ਰੀ ਕਰਨਾ ਹਬੀਬ ਤੁਸੀਂ ਆਖੋ ਜੇ ਕਦੇ ਤੁਸੀਂ ਮਾਲਕ ਹੁੰਦੇ ਹੋ ਮੇਰੇ ਰੱਬ ਦੀ ਮਿਹਰ ਦੇ ਖਜ਼ਾਨਿਆਂ ਦੇ ਤਦ ਜ਼ਰੂਰ ਬੰਦ ਕਰ ਰੱਖਦੇ ਹੋ ਤੁਸੀਂ ਨਿਭੜ ਜਾਣ ਜਾਂ ਖਰਚ ਹੋ ਜਾਣ ਦੇ ਖਾਫੋਂ ਤੇ ਹੈ ਆਦਮੀ ਬੜਾ ਤੰਗ ਦਿਲ ਜ਼ਰੂਰ ਦਿੱਤੀਆਂ ਸਮੂਸਾ ਨੂੰ ਨੌ ਨਿਸ਼ਾਨੀਆਂ ਪੱਕੀਆਂ ਫਿਰ ਪੁੱਛ ਲੈ ਬਣੀ ਇਸਰਾਇਲ ਨੂੰ ਜਦ ਆਇਆ ਉਹਨਾਂ ਕੋਲ ਫਿਰ ਆਖਿਆ ਉਹਨੂੰ ਫਿਰਾਉਨ ਨੇ ਮੈਂ ਜ਼ਰੂਰੀ ਗੁਮਾਨ ਕਰਨਾ ਤੈਨੂੰ ਐ موسی ਜਾਦੂ ਹੋਇਆ ਹੋਇਆ موسی ਆਖਿਓ ਸੁ ਜ਼ਰੂਰ ਤੂੰ ਜਾਣ ਚੁਕਾ ਹੈ ਪਰ ਨਹੀਂ ਉਤਾਰੀਆਂ ਇਹ ਨਿਸ਼ਾਨੀਆਂ ਪਰ ਆਸਮਾਨਾਂ ਤੇ ਜ਼ਮੀਨ ਦੇ ਮਾਲਕ ਨੇ ਸੋਝਾਂ ਵਾਲੀਆਂ ਤੇ ਮੈਂ ਜ਼ਰੂਰ ਹੀ ਗੁਮਾਨ ਕਰਨ ਤੈਨੂੰ ਐ ਫਰਾਉਨ ਸ਼ਾਮ ਤਾਂ ਮਾਰਿਆ ਮੋਇਆ ਪਿਆ ਫਿਰ ਚਾਹੇ ਉਸ ਫਰਾਉਨ ਨੇ ਜੋ ਤਿਲਕਾ ਦੇ موسی ਤੇ ਬਣੀ ਇਸਰਾਇਲ ਨੂੰ ਜ਼ਮੀਨੋਂ ਫਿਰ ਡੋਬ ਦਿੱਤਾ ਸਾਂ ਉਹਨੂੰ ਤੇ ਜਿਹੜਾ ਉਹਦੇ ਨਾਲ ਦਾ ਏ ਸਭ ਨੂੰ ਆਖਿਆ ਸਾਂ ਪਿੱਛੇ ਉਹਦੇ ਬਣੀ ਇਸਰਾਇਲ ਨੂੰ ਵੱਸੋ ਉਸ ਜ਼ਮੀਨ ਵਿੱਚ ਫਿਰ ਜਦ ਆਵੇਗਾ ਵਕਤ ਵਾਦੇ ਆਖਰਤ ਦਾ ਲਿਆਵਾਂਗੇ ਅਸੀਂ ਤੁਹਾਨੂੰ ਇਕੱਠਾ ਕਰਕੇ ਸੱਚ ਨਾਲ ਉਤਾਰਿਆ ਸਾਂ ਇਹ ਕੁਰਾਨ ਤੇ ਸੱਚ ਨਾਲ ਉਤਰਿਆ ਤੇ ਨਹੀਂ ਭੇਜਿਆ ਸਾਂ ਤੈਨੂੰ ਪਰ ਖੁਸ਼ਖਬਰੀ ਦਿੰਦਾ ਤੇ ਡਰਾਉਂਦਾ ਤੇ ਕੁਰਾਨ ਦੇ ਹਿੱਸੇ-ਹਿੱਸੇ ਬਣਾ ਦਿੱਤੇ ਨੇ ਅਸਾਂ پڑھے تس نو لوکا ٹھہر ٹھہر کے اتاریا سا ٹھہر ٹھہر کے اتارنا آخ تا نہ منو جنہ ملیا پڑھا جائے انہوں نے ضرور ڈگدے نے دے پار سجا کردے کرتے آخری نے بے ایب رب تھوڑا اے وعدہ سڈے رب دا ضروری پورا ہونا سی ڈگے ٹھوڈیاں پار روڈے روڈ تے بدہ ہے قرآن و نمیچ آجزی. تو آخ نام لو دا اللہ یا نام لو رحمان جڑا نام لو گے سو اسے دینے سارے نام سونے نہ اونچی پڑھ نماز اپنی تے نہلی پڑھ تو ٹور کار اس در حبیب تے آخ سب صبح اللہ ہی دیے جس نہیں پکڑی اولاد تے نہیں او دا کوئی شریق ਬਾਦਸ਼ਾਹੀ ਵਿੱਚ ਤੇ ਨਹੀਂ ਉਹਦਾ ਕੋਈ ਹਮਾਇਤੀ ਕਮਜ਼ੋਰੀ ਦੇ ਸਬਬੋਂ ਤੇ ਬੜੀਆਈ ਕਰੋ ਦੀ ਬੜੀ ਬੜਿਆਈ